ਤੇਰੇ ਖੰਭਾਂ ਉੱਤੋਂ ਉੱਡਿਆ ਮਾਏ ਪੁੱਤ ਤੇਰਾ, ਤੇਰੇ ਖੰਭਾਂ ਉੱਤੋਂ ਉੱਡਿਆ ਮਾਏ ਪੁੱਤ ਤੇਰਾ। ਪਰ ਮੈਂ ਜਾ ਕੇ ਮੁਲਕ ਬਗਾਨੇ ਰੁੜ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਤੇ ਮੈਂ ਹਾਂ ਤਾਨਿਆ। ਸ਼ੈਰੀ ਮਾਨ ਜੋ ਆਪਣੀ ਗਾਇਕੀ ਦੇ ਨਾਲ ਹਰ ਜਗ੍ਹਾ ਜਾਣੇ ਜਾਂਦੇ ਨੇ, ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸ਼ੈਰੀ ਮਾਨ ਦੀ ਮਾਤਾ ਜੀ ਦਾ ਦੇਹਾਂਤ ਹੋਇਆ, ਜਿਸ ਕਰਕੇ ਸ਼ੈਰੀ ਮਾਨ ਆਪਣੇ ਲਾਈਵ ਸ਼ੋਅਜ਼ ਦੇ ਵਿੱਚ ਕਾਫੀ ਇਮੋਸ਼ਨਲ ਨਜ਼ਰ ਆਏ। ਤੁਹਾਨੂੰ ਅਸੀਂ ਇੱਕ ਪਹਿਲਾਂ ਵੀਡੀਓ ਦਿਖਾਈ ਸੀ ਨਿਆਗਰਾ ਫੋਲਸ ਤੋਂ ਸ਼ੈਰੀ ਮਾਨ ਦੀ, ਜਿੱਥੇ ਉਹ ਆਪਣੀ ਮਾਤਾ ਜੀ ਨੂੰ ਯਾਦ ਕਰ ਰਹੇ ਸੀ, ਅਤੇ ਹੁਣ ਇੱਕ ਵਾਰ ਫਿਰ ਸ਼ੈਰੀ ਮਾਨ ਨੇ ਕੈਨੇਡਾ ਲਾਈਵ ਸ਼ੋਅ ਦੇ ਵਿੱਚ ਆਪਣੀ ਮਦਰ ਲਈ ਕੁਝ ਲਾਈਨਸ ਲਿਖੀਆਂ ਨੇ ਅਤੇ ਇੱਕ ਨਵਾਂ ਗਾਣਾ ਡੈਡੀਕੇਟ ਕੀਤਾ। ਇੰਨੇ ਬਿਜ਼ੀ ਹੋ ਜਾਂਦੇ ਆਪਣੇ ਕੰਮ ਕਾਰ 'ਚ ਕਿ ਮਾਪਿਆਂ ਨੂੰ ਕਈ ਵਾਰੀ ਕਿੰਨਾ ਕਿੰਨਾ ਟਾਈਮ ਮਿਲਦੇ ਨਹੀਂ, ਹੈ ਨਾ। ਅਤੇ ਮਾਵਾਂ ਤਾਂ ਇਹੀ ਚਾਹੁੰਦੀਆਂ ਵੀ ਬਸ ਮੇਰਾ ਪੁੱਤ ਮੈਨੂੰ ਸੁੱਖ ਸ਼ਾਂਤ ਦੀ ਖਬਰ ਦੇਈ ਜਾਵੇ। ਸੋ ਮੈਂ ਇੱਕ ਕੁਛ ਕੁ ਲਾਈਨਾਂ ਲਿਖੀਆਂ ਸੀ, ਮੈਂ ਮੇਰਾ ਜੀ ਕੀਤਾ ਅੱਜ ਮੈਂ ਤੁਹਾਨੂੰ ਸੁਣਾ ਕੇ ਜਾਵਾਂ। ਸੋ ਬੜੇ ਟਾਈਮ ਬਾਅਦ ਕੁਛ ਲਿਖਿਆ। ਸੋ ਤੇਰੇ ਖੰਭਾਂ ਉੱਤੋਂ ਉੱਡਿਆ ਮਾਏ ਪੁੱਤ ਤੇਰਾ, ਤੇਰੇ ਖੰਭਾਂ ਉੱਤੋਂ ਉੱਡਿਆ ਮਾਏ ਪੁੱਤ ਤੇਰਾ। ਪਰ ਮੈਂ ਜਾ ਕੇ ਮੁਲਕ ਬਗਾਨੇ ਰੁੜ ਗਿਆ ਨੀ। ਤੂੰ ਕਹਿੰਦੀ ਸੀ ਪੁੱਤਾ ਵੇ ਰੱਖ ਰੱਖ ਕੇ ਭੁੱਲੇਗਾ, ਅੱਜ ਮੈਂ ਤੈਨੂੰ ਹੀ ਰੱਖ ਕੇ ਭੁੱਲ ਗਿਆ। ਜਦ ਮੈਂ ਕਹਿਣਾ ਮੈਂ ਖਾਂ ਬਸ ਤੋਂ ਹੀ ਰੋਟੀਆਂ, ਨੀ ਬੇਬੇ ਤੂੰ ਵੀ ਲਾਉਣੀਆਂ ਉਹੀ ਮੋਟੀਆਂ ਮੋਟੀਆਂ। ਜਦ ਮੈਂ ਕਹਿਣਾ ਮੈਂ ਖਾਂ ਬਸ ਤੋਂ ਹੀ ਰੋਟੀਆਂ, ਨੀ ਬੇਬੇ ਉਹ ਵੀ ਤੂੰ ਲਾਉਣੀਆਂ ਮੋਟੀਆਂ ਮੋਟੀਆਂ। ਦੁੱਧ ਤੇ ਪੁੱਤ ਦੀ ਖੈਰ ਤੂੰ ਮੰਗਦੀ ਰਹੀ ਹਮੇਸ਼ਾ। ਸ਼ੈਰੀ ਮਾਨ ਦਾ ਨਵਾਂ ਗਾਣਾ ਜੋ ਉਹਨਾਂ ਨੇ ਆਪਣੀ ਮਦਰ ਨੂੰ ਡੈਡੀਕੇਟ ਕੀਤਾ, ਤੁਹਾਨੂੰ ਕਿਹੋ ਜਿਹਾ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ, ਅਤੇ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ, ਅਤੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ। ਆਈ ਐਮ ਸੁਪ੍ਰਿਆ ਗੇਰਾ, ਆਈ ਐਮ 20 ਈਅਰ ਇੰਜੀਨੀਅਰਿੰਗ ਸਟੂਡੈਂਟ। ਸੋ ਆਈ ਜੁਆਇਨ ਬੋਡੀ ਫੈਬ ਅਬਾਊਟ 3-4 ਮੰਥਸ ਬੈਕ, ਐਂਡ ਮੈਨੇ ਆਪਣੀ ਵੇਟ ਲੋਸ ਜਰਨੀ 84 ਕੇਜੀ ਸੇ ਸਟਾਰਟ ਕਰੀ ਥੀ, ਐਂਡ ਨਾਓ ਆਮ ਅਬਾਊਟ 69 ਕੇਜੀ। ਆਈ ਸਟਰੋਂਗਲੀ ਰਿਕਮੈਂਡ ਜੋ ਆਪਣਾ ਵੇਟ ਲੋਸ ਕਰਨਾ ਚਾਹਤੇ ਹੈ, ਜੋ ਓਬੇਸਿਟੀ ਸੇ ਬਾਹਰ ਆਉਣਾ ਚਾਹਤੇ ਹੈ, ਜੋ ਆਪਣੇ ਹੈਲਥ ਇਸ਼ੂਜ਼ ਕੋ ਇੰਪਰੂਵ ਕਰਨਾ ਚਾਹਤੇ ਹੈ, ਆਪਣੀ ਈਟਿੰਗ ਹੈਬਿਟਸ ਕੋ ਇੰਪਰੂਵ ਕਰਨਾ ਚਾਹਤੇ ਹੈ, ਬੋਡੀ ਫੈਬ ਇਜ਼ ਦ ਰਾਈਟ ਪਲੇਸ ਟੂ ਗਾਈਡ ਯੂ।